ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸੀਂ ਆਪਣਾ ਘਰ ਬਣਾਣੇ ਆ ਤੇ ਘਰ ਤੇ ਅੱਛਾ ਖਾਸਾ ਪੈਸਾ ਲਾ ਦਿੰਨੇ ਆ ਕਿਉਂਕਿ ਉਹ ਪੈਸਾ ਸਾਡਾ ਜ਼ਾਤੀ ਹੁੰਦਾ ਹੈ ਤੇ ਜ਼ਾਤੀ ਪੈਸੇ ਦੀ ਵਜ੍ਹਾ ਨਾਲ ਅਸੀਂ ਆਪਣੇ ਘਰ ਦੀ ਬੜੀ ਕੇਅਰ ਕਰਦੇ ਆ ਘਰ ਦਾ ਬਹੁਤ ਖਿਆਲ ਰੱਖਦੇ ਆ ਘਰ ਚ ਕੋਈ ਟੁੱਟ ਪਾ ਜਾਂਦੀ ਹੈ ਅਸੀਂ ਫੌਰਨ ਉਹਨੂੰ ਰਿਪੇਅਰ ਕਰਾਣੇ ਆ ਰਿਪੇਅਰ ਫੌਰਨ ਕਰਾਣ ਦਾ ਮਕਸਦ ਕੀ ਹੁੰਦਾ ਹੈ ਕਿ ਇਹਦੀ ਜਿਹੜੀ ਟੁੱਟ ਪਾ ਜੇ ਹੋਰ ਜ਼ਿਆਦਾ ਕੇ ਵੱਧ ਨਾ ਜਾਵੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ ਘਰ ਜ਼ਿਆਦਾ ਖਰਾਬ ਨਾ ਹੋ ਜਾਵੇ ਤਾਂ ਜੇ ਅਸੀਂ ਉਹਦੀ ਰਿਪੇਅਰਿੰਗ ਕਰਵਾਈ ਰੱਖਦੇ ਆ ਬਾਰ-ਬਾਰ ਦੂਸਰਾ ਉਹਦਾ ਫਾਇਦਾ ਰਿਪੇਅਰਿੰਗ ਦਾ ਇਹ ਹੋ ਜਾਂਦਾ ਹੈ ਕਿ ਉਹਦਾ ਇੱਕ ਉਮਰ ਵੱਧ ਜਾਂਦੀ ਹੈ ਤੁਹਾਡੇ ਮਕਾਨਾਂ ਦੀ ਤੁਹਾਡੇ ਉਸ ਗਾਰ ਦੀ ਉਮਰ ਵੱਧ ਜਾਏਗੀ ਰਿਪੇਅਰਿੰਗ ਕਰਾਉਣ ਨਾਲ ਜੱਟ ਜ਼ਿੰਮੇਵਾਰ ਭਰਾਵਾਂ ਨਾਲ ਮੁਖਤਬਾਂ ਕਿ ਤੁਹਾਡੇ ਵਾਸਤੇ ਗਵਰਨਮੈਂਟ ਨੇ ਸੋ ਲਿੰਕ ਤੇ ਸੜਕਾਂ ਬਣਾ ਦਿੱਤੀਆਂ ਤੁਹਾਡੇ ਰਕਬਿਆਂ ਦੇ ਵਿੱਚੋਂ ਗੁਜ਼ਾਰ ਦਿੱਤੀਆਂ ਨੇ ਜਿਹਦੇ ਬਣਾਉਣ ਦਾ ਮਕਸਦ ਇਹ ਕਿ ਤੁਹਾਡੀ ਰਸਾਈ ਮੰਡੀਆਂ ਤੱਕ ਹੋ ਸਕੇ ਤਾਂ ਕਿ ਤੁਸੀਂ ਆਪਣੀ ਜਨਾਜ਼ ਇੱਥੋਂ ਆਪਣੇ ਖੇਤਾਂ ਉੱਚਾ ਕੇ ਮੰਡੀਆਂ ਤੱਕ ਆਸਾਨ ਨਾਲ ਪਹੁੰਚਾ ਸਕੋ ਜਿਹੜਾ ਮਿਡਲਮੈਨ ਵਿੱਚ ਤੁਹਾਨੂੰ ਪੈ ਜਾਂਦਾ ਉਹ ਉਹਨਾਂ ਪਵੇ ਮਿਡਲਮੈਨ ਆਪਣਾ ਫਾਇਦਾ ਨਾ ਲੈ ਜਾਵੇ ਤੁਹਾਨੂੰ ਡਾਇਰੈਕਟ ਮੰਡੀਆਂ ਦਾ ਪਤਾ ਹੋਵੇ ਤੁਹਾਨੂੰ ਡਾਇਰੈਕਟ ਮੰਡੀਆਂ ਦੇ ਰੇਟਾਂ ਦਾ ਪਤਾ ਹੋਵੇ ਤੁਹਾਡੀ ਡਾਇਰੈਕਟ ਸਾਈ ਮੰਡੀਆਂ ਤੱਕ ਹੋਵੇ ਉਹ ਕਦੋਂ ਹੋਏਗੀ ਜਦੋਂ ਤੁਹਾਡੇ ਕੋਲ ਅੱਛੀਆਂ ਸੜਕਾਂ ਆਉਣਗੀਆਂ ਜਦੋਂ ਤੁਹਾਡੇ ਕੋਲ ਅੱچھے ਸੋਲੋਂਗ ਹੋਣਗੇ بارش ਆ ਜਾਂਦੀ ਏ بارش ਤੋਂ ਬਾਅਦ ਸਾਈਡਾਂ ਤੇ ਖੱਡੇ ਵੱਜ ਜਾਣਗੇ ਖੱਡੇ ਵੱਜਣ ਨਾਲ ਔਰ ਜ਼ਮੀਨ ਮਿੱਟੀ ਖੁਰਨਾ ਸ਼ੁਰੂ ਹੋ ਜਾਂਦੀ ਸਾਈਡਾਂ ਤੋਂ 2 ਜਾਂ 4 ਟੱਪੇ ਪੈਂਦੇ ਨੇ ਸਿਰਫ ਮਿੱਟੀ ਦੇ ਜੱਟ ਜ਼ਿੰਮੇਦਾਰ ਭਰਾ ਦੋ ਚਾਰ ਟੱਪੇ ਪਾ ਕੇ ਸੱਟਣਾ ਉਨਤੇ ਸੱਟਣਾ ਗੁਆਰਾ ਨਹੀਂ ਕਰਦੇ ਭਾਵੇਂ ਸੜਕ ਸਾਰੀ ਟੁੱਟ ਜਾਵੇ ਭਾਵੇਂ ਸੜਕ ਦਾ ਸੱਤਿਆ ਨਾਸ ਹੋ ਜਾਵੇ ਅਸੀਂ ਜੱਟ ਜ਼ਿੰਮੇਦਾਰ ਭਰਾਵਾਂ ਨੇ ਉਹਦਾ ਬਿਲਕੁਲ ਖਿਆਲ ਨਹੀਂ ਰੱਖਣਾ ਹੁੰਦਾ ਆਪਣੇ ਜ਼ਿਹਨ ਚ ਗਲਤ ਫਹਮੀ ਕੱਟ ਦਿਓ ਕਿ ਪੈਸਾ ਤੁਹਾਡਾ ਨਹੀਂ ਇਹ ਜਿਹੜੀਆਂ ਸੜਕਾਂ ਸੋਲੀਆਂ ਬਣੀਆਂ ਨੇ ਤੁਹਾਡੇ ਪੈਸੇ ਨਾਲ ਨਹੀਂ ਬਣੀਆਂ ਇਹ ਬਿਲਕੁਲ ਤੁਹਾਡੇ ਪੈਸੇ ਨਾਲ ਬਣੀਆਂ ਨੇ ਅਸੀਂ ਹਰ ਚੀਜ਼ ਤੇ ਟੈਕਸ ਅਦਾ ਕਰਦੇ ਆਂ ਅਸੀਂ ਹਰ ਚੀਜ਼ ਜਿਹੜੀ ਵੀ ਛੋਟ ਸਾਬਣ ਤੋਂ ਲੱਗ ਕੇ ਗੱਡੀ ਤੱਕ ਜਿਹੜੀ ਖਰੀਦਾਰੀ ਕਰਨੇ ਹਾਂ ਤੇ ਟੈਕਸ ਅਦਾ ਕਰਦੇ ਆਂ ਉਹ ਟੈਕਸ ਜਿਹੜਾ ਹੈ ਉਹ ਗਵਰਨਮੈਂਟ ਉਸ ਦੀ ਮੱਦੇ ਸਾਨੂੰ ਇਹ ਸੜਕਾਂ ਤੇ ਸੋਲੰਗ ਦਿੰਦੀ ਏ ਇਹ ਫਿਰ ਗਵਰਨਮੈਂਟ ਦਾ ਪੈਸਾ ਤਾਂ ਨਾ ਰਿਹਾ ਨਾ ਪੈਸਾ ਸਾਡਾ ਹੀ ਹੋ ਗਿਆ ਨਾ ਸਾਡਾ ਪੈਸਾ ਲੱਗਿਆ ਇਸ ਵਾਸਤੇ ਇਹਨੂੰ ਇਹਨਾਂ ਸੜਕਾਂ ਸੋਲੰਗਾ ਦਾ ਇਸ ਤਰ੍ਹਾਂ ਹੀ ਖਿਆਲ ਕਰੋ ਜਿਸ ਤਰ੍ਹਾਂ ਕਿ ਤੁਹਾਡਾ ਜ਼ਾਤੀ ਪੈਸਾ ਲੱਗਿਆ ਤੁਹਾਡੀ ਜ਼ਾਤੀ ਕੰਸਟਰਕਸ਼ਨ ਨੇ ਤੁਹਾਡੀ ਜ਼ਾਤੀ ਮਲਕੀਅਤ ਤੇ ਪਿੰਡਾਂ ਥਾਵਾਂ ਤੇ ਕਈ ਐਸੇ ਸੋਲੰਗ ਮੈਂ ਵੇਖੇ ਨੇ ਜਿਨ੍ਹਾਂ ਤੇ ਅਗਰ ਤੁਸੀਂ ਮੋਟਰਸਾਈਕਲ ਚਲਾ ਲਓ ਮੈਂ ਯਕੀਨ ਨਾਲ ਤੁਹਾਨੂੰ ਕਹਿਣਾ ਕਿ ਤੁਹਾਡੇ ਸਪਾਇਨਲ ਦਾ ਮਸਲਾ ਬਣ ਜਾਏਗਾ ਤੁਹਾਨੂੰ ਕੋਈ ਨਾ ਕੋਈ ਮੋਹਰੇ ਦਾ ਮਸਲਾ ਬਣ ਜਾਏਗਾ ਐਡੇ ਗੰਦੇ ਸੋਲੰਗ ਹੋਏ ਪੈਨੇ ਕਿਉਂ ਹੋਏ ਪੈਨੇ ਉਹਦੀ ਇੱਕ ਇੱਟ ਨਿਕਲੀ ਅਸੀਂ ਉਹਦਾ ਖਿਆਲ ਨਹੀਂ ਕੀਤਾ ਉਸ ਇੱਟ ਦੀ ਜਗ੍ਹਾ ਤੇ ਇੱਟ ਨਹੀਂ ਲਾਈ ਉਹ ਇੱਟਾਂ ਨਿਕਲਦੀਆਂ ਨਿਕਲਦੀਆਂ ਸੋਲੰਗਾ ਦਾ ਬੁਰਾ ਹਾਲ ਹੋਇਆ ਪਿਆ ਸੜਕਾਂ ਦੇ ਹੀ ਹਾਲ ਨੇ ਇਸੇ ਤਰ੍ਹਾਂ ਜੋ ਜੀ ਅਸੋਨਾ ਦਾ ਖਿਆਲ ਨਹੀਂ ਕੀਤਾ بارش ਆਈਏ ਕਿ ਸਾਈਡ ਤੇ ਖੱਡਾ ਪਿਆ ਅਸੀਂ ਉੱਥੇ ਮਿੱਟੀ ਨਹੀਂ ਪਾਈ ਉਹ ਸੜਕ ਖੁਰਦੀ ਖੁਰਦੀ ਖੱਡੇ ਬਣ ਗਏ ਸੜਕ ਟੁੱਟ ਗਈ ਸਾਡੇ ਜੱਟ ਜ਼ਿੰਮੇਦਾਰ ਪਰਾ ਟਰੈਕਟਰ ਦੇ ਪਿੱਛੇ ਮਸ਼ੀਨਰੀ ਪਾ ਲੈਣਗੇ ਡਿਸਕਾਂ ਪਾ ਲੈਣਗੇ ਡਿਸਕਾਂ ਪਾ ਕੇ ਰੋਡ ਦੇ ਉੱਤੇ ਚਲਾ ਦੇਣਗੇ ਜੇ ਗਹਿਰਾ ਨਿਸ਼ਾਨ ਪੈ ਜਾਂਦਾ ਹੈ ਗਹਿਰਾ ਨਿਸ਼ਾਨ ਤੋਂ ਬਣਦਾ ਜਦੋਂ ਲੋਡਰ ਗੱਡੀ ਉੱਤੋਂ ਟੱਪਦੀ ਹੈ ਉਹ ਸੜਕ ਟੁੱਟਣਾ ਸ਼ੁਰੂ ਹੋ ਜਾਂਦੀ ਹੈ ਸੜਕਾਂ ਸੋਲੰਗ ਅਗਰ ਅਸੀਂ ਖਿਆਲ ਇਹਨਾਂ ਦਾ ਨਹੀਂ ਰੱਖਾਂਗੇ ਬਾਹਰੋਂ ਅਮਰੀਕਾ ਚੋਂ ਚਾਈਨਾ ਚੋਂ ਰੂਸ ਚੋਂ ਅਫਗਾਨਿਸਤਾਨ ਚੋਂ ਈਰਾਨ ਚੋਂ ਕਿਸੇ ਬੰਦੇ ਨੇ ਆ ਕੇ ਇਹਨਾਂ ਦਾ ਖਿਆਲ ਨਹੀਂ ਰੱਖਣਾ ਇਹ ਸਾਡੀ ਮਲਕੀਅਤ ਨੇ ਇਹ ਸਾਡੇ ਕੋਲ ਨੇ ਅਸੀਂ ਇਹਨਾਂ ਦਾ ਖਿਆਲ ਰੱਖਣ ਰੱਖਣਾ ਹੈ ਇਹ ਸਾਡਾ ਪੈਸਾ ਲੱਗਿਆ ਹੋਇਆ ਹੈ ਮੇਰੀ ਤੁਹਾਨੂੰ ਜੱਟ ਜ਼ਿੰਮੇਦਾਰ ਪ੍ਰਾਂ ਨੂੰ ਇਹ ਅਪੀਲ ਹੈ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤਾਂ ਕਿ ਤੁਹਾਡੀ ਮਸ਼ੀਨਰੀ ਇਹਨਾਂ ਸੜਕਾਂ ਸੋਲਗਾ ਤੇ ਚਲਦੀ ਰਵੇ ਇਹਨਾਂ ਸੜਕਾਂ ਸੋਲਗਾ ਤੇ ਤੁਹਾਡੀ ਮੰਡੀਆਂ ਤੱਕ ਰਸਾਈ ਰਵੇ ਤੇ ਇਹਨਾਂ ਸੜਕਾਂ ਸੋਲਗਾ ਤੇ ਤੁਸੀਂ ਆਪਣੀ ਮੋਟਰਸਾਈਕਲ ਗੱਡੀ ਕਾਰ ਚਲਾਓ ਤੇ ਤੁਹਾਨੂੰ ਕੋਈ ਜਿਸਮਾਨੀ ਤੌਰ ਤੇ ਕੋਈ ਮਸਲਾ ਨਾ ਬਣੇ ਮੈਂ ਉਮੀਦ ਕਰਦਾ ਕਿ ਮੇਰੇ ਜੱਟ ਜ਼ਿੰਮੇਦਾਰ ਭਰਾ ਮੇਰੀ ਇਸ ਗੱਲ ਤੇ ਅਮਲ ਕਰਨਗੇ ਔਰ ਇਨਸ਼ਾਅੱਲਾ ਅਸੀਂ ਇਹ ਆਪਣੀਆਂ ਸੜਕਾਂ ਤੇ ਸੌਲਿਆਂ ਦੀ ਜ਼ਰੂਰ ਹਿਫਾਜ਼ਤ ਕਰਾਂਗੇ ਅਸਲਾਮੁਅਲੈਕਮ